ਬਾਗਾ ਦੇ ਕਸਬਾ ਬਾਗਾ ਪੁਰਾਣਾ ਕੋਲ ਪੈਂਦੇ ਫੁੱਲੇ ਵਾਲਾ ਨਹਿਰ ਦੀਆਂ ਟੇਲਾਂ ਤੋਂ ਇੱਕ ਬੁਰੀ ਤਰ੍ਹਾਂ ਵੱਢ ਕੇ ਸੁੱਟੀ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਕਿ ਫੁੱਲੇ ਵਾਲਾ ਨਹਿਰ ਦੀਆਂ ਟੇਲਾਂ 'ਤੇ ਇੱਕ ਲਾਸ਼ ਅੜੀ ਪਈ ਹੈ। ਜਦੋਂ ਪੁਲਿਸ ਥਾਣਾ ਬਾਗਾ ਪੁਰਾਣਾ ਮੌਕੇ 'ਤੇ ਪੁੱਜੀ ਅਤੇ ਲਾਸ਼ ਨਹਿਰ ਵਿੱਚੋਂ ਬਾਹਰ ਕੱਢਿਆ ਤਾਂ ਉਕਤ ਨੌਜਵਾਨ ਦੀ ਪਹਿਚਾਣ ਮਨਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਮਾਣੁਕੇ ਵਜੋਂ ਹੋਈ। ਪੁਲਿਸ ਨੇ ਲਾਸ਼ ਨੂੰ ਲੈ ਕੇ ਸਿਵਲ ਹਸਪਤਾਲ ਮੋਗਾ ਦੇ ਮੋਰਚਰੀ ਵਿੱਚ ਜਮ੍ਹਾਂ ਕਰਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਸਿਵਲ ਹਸਪਤਾਲ ਪੁੱਜੇ ਜਾਂਚ ਅਧਿਕਾਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਦੀ ਲਾਸ਼ ਫੁੱਲੇ ਵਾਲਾ ਨਹਿਰ ਦੀਆਂ ਟੇਲਾਂ ਵਿੱਚ ਫਸੀ ਪਈ ਹੈ। ਅਸੀਂ ਮੌਕੇ 'ਤੇ ਜਾ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਉਕਤ ਨੌਜਵਾਨ ਮਨਪ੍ਰੀਤ ਸਿੰਘ ਮਨੀ ਪੁੱਤਰ ਜਗਸੀਰ ਸਿੰਘ ਮੋਗਾ ਦੇ ਪਿੰਡ ਮਾਣੁਕੇ ਨਾਲ ਸੰਬੰਧ ਰੱਖਦਾ। ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਜੁਟੀ ਪੁਲਿਸ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕਰ ਰਹੀ ਹੈ। ਉਹਨਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਜਿਹੜੀ ਹੈ ਡੈਡ ਬੋਡੀ ਲਿਆਂਦੀ ਹੈ, ਕਿੱਥੋਂ ਲਿਆਂਦੀ ਅਤੇ ਕਿਸ ਤਰ੍ਹਾਂ ਹੋਇਆ ਮਰਡਰ? ਇਹ ਜੀ ਫੁੱਲੇ ਵਾਲੇ ਨਹਿਰ ਦੇ ਕੋਲੋਂ ਮੋਗੇ ਤੋਂ ਲਿਆਂਦੀ ਹੈ ਜੀ। ਅਤੇ ਕਿੱਥੋਂ ਦਾ ਰਹਿਣ ਵਾਲਾ ਇਹ ਬੰਦਾ? ਇਹ ਜੀ ਮਾਣੁਕੇ ਪਿੰਡ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ ਮਨੀ ਪੁੱਤਰ ਜਸਵੀਰ ਸਿੰਘ। ਕਿੰਨੀ ਕੁ ਉਮਰ ਹੈ ਜੀ ਇਹ ਨੌਜਵਾਨ ਦੀ ਜਿਹੜਾ ਮਾਰਿਆ ਗਿਆ? ਜੀ ਉਮਰ ਹੈ ਜੀ ਲਗਭਗ 22-23 ਸਾਲ ਦੀ ਉਮਰ ਹੈ ਜੀ। ਅੱਛਾ, ਕਿੱਥੇ ਕਿੱਥੇ ਇਹਦੇ ਟੱਕ ਦੇ ਨਿਸ਼ਾਨ ਹੈ ਜੀ? ਇਹਦੇ ਜੀ ਇੱਕ ਤਾਂ ਲੱਤ ਕੱਟੀ ਵੀ ਹੈ ਜੀ, ਨਾਲੋਂ ਲੱਥੀ ਵੀ ਹੈ, ਇੱਕ ਇਹਦੀ ਲੱਤ ਥੋੜ੍ਹੀ ਨਾਲ ਲਮਕਦੀ ਹੈ, ਇੱਕ ਇਹਦੇ ਗਰਦਨ 'ਤੇ ਵੀ ਟੱਕ ਦਾ ਨਿਸ਼ਾਨ ਆ, ਝੰਡੀ ਵੱਡੀ ਵੀ ਹੈ। ਕੋਈ ਕਾਰਵਾਈ ਕੀ ਹੈ ਜੀ? ਕਾਰਵਾਈ ਜੀ ਇਹਦੇ ਵਾਰਸਾਂ ਦੇ ਆਉਣ 'ਤੇ ਜੋ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਕਰਦੇ ਤੇ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।